ਨਾਨਕ ਸਿੰਘ ਦਾ ਨੋਵਲ ਫੌਲਾਦੀ ਫੁੱਲ ਸਰਲੋ ਨਹੀਂ ਸਰਲੋ ਤਤਪੜਤੀਏ ਪੋਤੜੇ ਤੋਂ ਨਹੀਂ ਕਿਸਮਤ ਦੀ ਲਈ ਬੈਠੀਂ ਅੰਤਰਿਆਂ ਦੀਏ ਕਿਉਂ ਤੂੰ ਹੱਡ ਹਰਾਮ ਹੁੰਦੀ ਜਾਂਦੀ ਏ ਦਿਨੋਂ ਦਿਨ ਅਚਾਨਕ ਹੀ ਪਿਛਲੇ ਪਾਸਿਓਂ ਸਰਲਾ ਦੀ ਪਿੱਠੇ 'ਚ ਜ਼ੋਰ ਦੀ ਲੱਤ ਮਾਰ ਕੇ ਕਿਸੇ ਨੇ ਉਪਰੋਕਤ ਵਾਕ ਨੂੰ ਕਹੇ ਸਰਲਾ ਦਾ ਧਿਆਨ ਟੁੱਟ ਗਿਆ ਤੇ ਸਾਬਣ ਦੀ ਗੱੱਚੀ ਉਹ ਤੋਂ ਹੱਥੋਂ ਫੁੜਕ ਕੇ ਪਰੇ ਜਾ ਪਈ ਮਾਂਜੀ ਮੈਂ ਤੇ ਇੰਨਾ ਹੀ ਉਹਦੇ ਮੂੰਹ ਨਿਕਲਿਆ ਸੀ ਕਿ ਇੱਕ ਹੋਰ ਠੁੱਡਣੀ ਬਾਕੀ ਰਹਿਂਦੀ ਗੱਲ ਉਹਦੇ ਗਲੇ 'ਚ ਹੀ ਰੋਕ ਦਿੱਤੀ। ਬਿਨਾਂ ਪਿਛਾ ਤੱਕਿਆਂ ਉਸ ਬਾਹਵ ਵਧਾ ਕੇ ਸਾਬਣ ਦੀ ਗਾੱਚੀ ਫੜ ਲਈ। ਉਸੇ ਤਰ੍ਹਾਂ ਸਰਦੀ ਧੁੱਪ 'ਚ ਦਬਾ-ਦੱਬ ਪੋਤੜਿਆਂ ਉੱਤੇ ਰਗੜਨ ਲੱਗੀ। ਸਰਲਾ ਦਾ ਜੀਵਨ ਕੀ ਸੀ? ਖੁਦਰੂ ਗੁਲਾਬ ਵਾਂਗ ਇੱਕ ਬੇਲੋੜਵੀਂ ਚੀਜ਼। ਸੁਗੋਂ ਐਉਂ ਕਹੋ ਕਿ ਉਹਦਾ ਜੀਵਨ ਕਿਸੇ ਹੋਰ ਲਈ ਅੱਖ ਦਾ ਤਿੰਕਾ, ਰਾਹ ਦਾ ਕੰਡਾ ਤੇ ਦਿਲ ਦਾ ਬੋਝ ਸੀ। ਉਨੂੰ ਕਾ ਚੇਤਾ ਨਹੀਂ ਸੀ ਹੋਣੀ ਦੇਖ ਰਵੇ ਹੱਥ ਨੇ ਕਦੋਂ ਉਹਨੂੰ ਮਾਂ ਦੀ ਸਵਰਗੀ ਛਾਤੀ ਨਾਲੋਂ ਤੋੜ ਕੇ ਇੱਕ ਬੇਤਰਸ ਮਤਰਈ ਦੇ ਤਸੀਹੇ ਸਹਾਰਨ ਲਈ ਇਸ ਸੁਨਸਾਨ ਦੁਨੀਆ 'ਚ ਪਟਕ ਦਿੱਤਾ ਸੀ ਸਰਲਾ ਆਪਣੀ ਉਮਰ ਦੇ 15 ਬਰੇ ਬਤਾ ਚੁੱਕੀ ਹੈ ਜਿਨ੍ਹਾਂ ਦੀ ਹਰ ਇੱਕ ਘੜੀ ਉਹਨੂੰ ਕਿਸੇ ਵਿਦਿਆਰਥੀ ਦੀ ਸੰਥਾ ਵਾਂਗ ਯਾਦ ਹੈ ਪਰ ਉਹਨੂੰ ਐਸਾ ਇੱਕ ਪਲ ਵੀ ਚੇਤੇ ਨਹੀਂ ਜਦ ਕਿਸੇ ਦਾ ਸਨੇਹ ਪ੍ਰਾਪਤ ਕਰਕੇ ਉਹ ਬੁੱਲਾਂ ਵਿੱਚ ਮੁਸਕਰਾਈ ਹੋਵੇ ਉਸ ਲਈ ਪਿਆਰ ਦੇ ਫੁਆਰੇ ਛੱਡਣ ਵਾਲਾ ਸੋਮਾ ਹੁਣ ਵੀ ਮੌਜੂਦ ਹੈ ਪਰ ਇੱਕ ਭਾਰੀ ਸਿਲ ਨੇ ਉਹਨੂੰ ਸਦਾ ਲਈ ਬੰਦ ਕਰ ਛੱਡਿਆ ਹੈ ਇਹ ਸੋਮਾ ਉਹੀ ਪ੍ਰੇਮ ਸਿੰਘ ਜੋ ਆਪਣੀ ਸੁਖੀ ਲੱਦੀ ਬੱਚੀ ਨੂੰ ਸੁਖੀ ਬਣਾਉਣ ਲਈ ਅੱਡੀ ਝੋਟੀ ਦਾ ਜ਼ੋਰ ਲਾ ਦਿੰਦਾ ਹੁੰਦਾ ਸੀ ਪਰ ਜਦ ਤੋਂ ਇਸ ਘਰ ਚ ਇੱਕ ਨਵੀਂ ਮਾਲਕਣ ਆਈ ਹੈ ਤਾਂ ਤ ਤੋਂ ਉਹਨੂੰ ਸਰਲਾ ਦਾ ਖਿਆਲ ਬਹੁਤ ਘੱਟ ਆਉਂਦਾ ਹੈ ਖਾਸ ਕਰਕੇ ਜਿੱਦਨ ਤੋਂ ਸਰਲਾ ਦੀ ਮਤਰੀ ਮਾਂ ਕਿਸੇ ਸੁਭਾਗੇ ਦੀ ਸਕੀ ਮਾਂ ਬਣੀ ਹੈ ਉਦੋਂ ਤੋਂ ਤਾਂ ਸਰਲਾ ਨੂੰ ਇਹੋ ਮਾਲੂਮ ਹੁੰਦਾ ਹੈ ਜਿਵੇਂ ਪਿਤਾ ਦੀ ਸਾਰੀ ਵਾਤਲ ਪ੍ਰੇਮ ਦੀ ਪੂੰਜੀ ਨੂੰ ਕੋਈ ڈاکੂ ਲੁੱਟ ਕੇ ਲੈ ਗਿਆ ਪਿਤਾ ਪਿਆਰ ਭਰਿਆ ਹੱਥ ਸਿਰ ਤੇ ਫੇਰਵਾਉਣ ਦੀ ਸਰਲਾ ਨੂੰ ਸਿੱਕ ਜਿਹੀ ਪੈ ਗਈ ਹੈ ਕਦੇ ਉਹ ਦਿਨ ਸੀ ਜਦ ਇਸ ਮਾਂ ਮੈਟਰ ਕੁੜੀ ਦੇ ਚੰਦ ਵਰਗੇ ਮੱਥੇ ਨੂੰ ਕਿਸੇ ਦੇ ਧਰਕ ਦੇ ਬੁੱਲਾਂ ਦੀ ਛੋਹ ਨਾਲ ਅਮਰਤ ਦੇ ਘੁੱਟਾਂ ਦਾ ਸਵਾਦ ਆਉਂਦਾ ਸੀ ਇਸੇ ਕਰਕੇ ਉਹਨੂੰ ਮਾਂ ਦੀ ਅਣਹੋਂਦ ਦਾ ਦੁੱਖ ਨਹੀਂ ਸੀ ਪਹੁੰਦਾ ਪਰ ਅੱਜ ਸਰਲਾ ਇਸ ਘਰ ਚ ਇੱਕ ਬਾਧੂ ਜੀ ਚੀਜ਼ ਐ। ਅਥਵਾ ਕੰਮ ਕਰਨ ਦੀ ਇੱਕ ਮਸ਼ੀਨ ਮਾਤਰ। ਇਹਨਾਂ ਹੁਣ ਤੇ ਵੀ ਸਰਲਾ ਨੇ ਹੁਣ ਤੱਕ ਆਪਣੀ ਪੜ੍ਹਾਈ 'ਚ ਫਰਕ ਨਹੀਂ ਸੀ ਪੈਣ ਦਿੱਤਾ। ਪਰ ਅੰਤ ਜਦੋਂ ਨੇ ਵੇਖਿਆ ਕਿ ਰਤਨਦਈ ਮਤਲਬ ਮਤਰੀ ਮਾਂ ਪੜ੍ਹਾਈ 'ਚ ਪੈਰ ਪੈਰ ਤੇ ਰੋਕਾਂ ਪਾਉਂਦੀ ਐ ਤੇ ਕੰਮ ਹੱਥੋਂ ਨੂੰ ਵੇਹਲ ਹੀ ਨਹੀਂ ਦਿੰਦੀ। ਜਿਸ ਕਰਕੇ ਉਹ ਐਤ ਕੀ 8ਵੀਂ 'ਚ ਫੇਲ ਹੋ ਗਈ ਸੀ। ਉਹਨੇ ਸਕੂਲ ਛੱਡ ਹੀ ਦਿੱਤਾ। ਸਰਲਾ ਦੇ ਦਿਲ ਦੀ ਕਲੀ ਉੱਕੀ ਮੁਰਝਾ ਚੁੱਕੀ ਐ। ਉਸ ਲਈ ਪਿਆਰ ਦੇ ਸਾਰੇ ਬੂਹੇ ਬੰਦ ਹੋ ਚੁੱਕੇ ਹਨ ਪਰ ਉਹਦੀ ਉਮਰ ਚ ਜਿਉਂ-ਜਿਉਂ ਵਧਦਾ ਜਾਂਦਾ ਹੈ ਇਹ ਪਿਆਰ ਦਾ ਅੰਝ ਵੀ ਉਭਾਰ ਕੇ ਆਉਂਦਾ ਜਾਂਦਾ ਹੈ ਪਰ ਇਹਦੇ ਨਿਕਾਸ ਲਈ ਕੋਈ ਵੀ ਰਾਹ ਨਹੀਂ ਨਾ ਹੀ ਉਹਨੂੰ ਛੱਲਣ ਲਈ ਕੋਈ ਥਾਂ ਹੈ ਬੱਚੀ ਨੂੰ ਜਦ ਕੋਈ ਖਿੱਚ ਕੇ ਗਊ ਦੇ ਥਾਣਾ ਨਾਲੋਂ ਤੋੜ ਲੈਂਦਾ ਤਾਂ ਮਾਲਕ ਦੇ ਹੱਥਾਂ ਨੂੰ ਹੀ ਚੁੰਗਣ ਚੱਟਣ ਦਾ ਯਤਨ ਕਰਦੀ ਹੈ ਭਾਵੇਂ ਉਹ ਤੋਂ ਉਹਨੂੰ ਦੁੱਧ ਨਹੀਂ ਲੱਗਦਾ ਸਰਲਾ ਆਪਣੇ ਨਿੱਕੇ ਜਿਹੇ ਵੀਰ ਨੂੰ ਹੀ ਇਸ ਪਿਆਰ ਅਮਰਤ ਨਾਲ ਸਿੰਜਣਾ ਚਾਹੁੰਦੀ ਸੀ ਉਹਨੂੰ ਪੁੱਛੜ ਲੈ ਕੇ ਲਾੜ ਲਡਾਉਣਾ ਚਾਹੁੰਦੀ ਸੀ ਪਰ ਰਤਨਦੇਈ ਨੇ ਕਦੇ ਵੀ ਉਹਦੀ ਇਰੀਜ਼ ਪੂਰੀ ਨਾ ਹੋਣ ਦਿੱਤੀ ਸਰਲਾ ਜਦ ਕਾਕੇ ਨੂੰ ਚੁੱਕਦੀ ਉਹ ਛੱਟ ਕਿਸੇ ਨਾ ਕਿਸੇ ਬਹਾਨੇ ਉਹਦੇ ਹੱਥੋਂ ਖੋਹ ਲੈਂਦੀ ਇਸ ਵਿੱਚ ਰਤਨਦੇਈ ਦਾ ਵੀ ਕੀ ਦੋਸ਼ ਸੀ ਜਦ ਕਿ ਉਹਦੇ ਸੋਹਣੇ ਤੇ ਲਾੜਲੇ ਹਰਬੰਸ ਨੂੰ ਇੱਕ ਗੰਦੇ ਕੱਪੜਿਆਂ ਵਾਲੀ ਕੁੜੀ ਉਹਨਾਂ ਹੱਥਾਂ ਨਾਲ ਚੁੱਕਣਾ ਚਾਹੁੰਦੀ ਸੀ ਜਿਨ੍ਹਾਂ ਉੱਤੇ ਭਾਂਡੇ ਮਾਂਜ-ਮਾਂਜ ਕੇ ਪੋਚੇ-ਪਾ ਪਾ ਕੇ ਵਿਆਹਾਂ ਫਟੀਆਂ ਹੋਈਆਂ ਸੀ ਨਿਮਾਣੀ ਸਰਲਾ ਦਾ ਕਮਲ ਵਰਗਾ ਕੋਮਲ ਸਰੀਰ ਭਾਵੇਂ ਤਸੀਹਾਂ ਦੀ ਅੱਗ 'ਚ ਝੁਲਸ ਚੁੱਕਾ ਸੀ ਫਿਰ ਵੀ ਉਹਦੇ ਭੋਲੇ ਸੁਹੋਂਪੰਚ ਫਰਕ ਨਹੀਂ ਸੀ ਆਇਆ ਹੁਣ ਉਹ ਇੰਨੀ ਸਹਿੰਦੜ ਹੋ ਚੁੱਕੀ ਸੀ ਕਿ ਕਿਸੇ ਤਰ੍ਹਾਂ ਦਾ ਤ੍ਰਿਸਕਾਰ ਉਹਨੂੰ ਦੁੱਖ ਨਹੀਂ ਸੀ ਦੇ ਸਕਦਾ ਇਹੋ ਕਾਰਨ ਹੈ ਕਿ ਅੱਜ ਦੀਆਂ ਗਾਲਾਂ ਰੂਪੀਆਂਆਂ ਨੇ ਉਹਦੇ ਕਲੇਜੇ 'ਚ ਕੋਈ ਵੀ ਛੇਕ ਨਾ ਪਾਇਆ ਨਾ ਹੀ ਲੱਤਾਂ ਦੀਆਂ ਠੋਕਰਾਂ ਨੇ ਉਹਦੇ ਪਿੰਡੇ ਤੇ ਕੋਈ ਲਾਸ ਪਾਈ ਉਹਦਾ ਦਿਲ ਪੱਥਰ ਦਾ ਤੇ ਸਰੀਰ ਲੱਕੜ ਦਾ ਬਣ ਚੁੱਕਾ ਸੀ ਸਬਨਾ ਪਾਸਿਆਂ ਤੋਂ ਟਕਰਾ ਕੇ ਜਦ ਸਰਲਾ ਦੀ ਪ੍ਰੇਮ ਧਾਰਾ ਉਹ ਤਾਂ ਨੂੰ ਉਛਲਦੀ ਸੀ ਤਾਂ ਆਪ ਮੁਹਾਰੀਕ ਸੁੱਤੀ ਹੋਈ ਯਾਦ ਉਹਦੇ ਅੰਦਰ ਜਾਗ ਪੈਂਦੀ ਤੇ ਜਾਗਦੀ ਹੀ ਉਹਦੀ ਰਗ ਰਗ ਚ ਕਿੰਨਿ ਗੀ ਜੇ ਝੁੰਚਣਾ ਹਟਪੈਦਾ ਕਰ ਜਾਂਦੀ ਸੀ ਇੱਕ ਅਥਰਾ ਜਿਹਾ ਮੁੰਡਾ ਸਾਖਿਆਤ ਰੂਪ ਚ ਉਹਦੀਆਂ ਅੱਖਾਂ 'ਗਿਆ ਖਲਾਉਂਦਾ ਸੀ ਜਿਸ ਦੀ ਮੁਸਕਰਾਹਟ ਭਰੀਕ ਕੋ ਚਾਤੀ ਉਹਦੇ ਅੰਦਰ ਨੂੰ ਟੰਬ ਕੇ ਇੱਕ ਮਸਤੀ ਭਰਿਆ ਹੁਲਾਰਾ ਦੇ ਜਾਂਦੀ ਸੀ ਉਹਦੀਆਂ ਅੱਖਾਂ ਅੱਗੇ ਅੱਜ ਤੋਂ ਕਈ ਵਾਰੇ ਪਹਿਲਾਂ ਦਾ ਇੱਕ ਯੁੱਗ ਫੇਰ ਜਾਂਦਾ ਸੀ ਉਹ ਅੱਜ ਵੀ ਬਟਾਲੇ ਦੀਆਂ ਉਹਨਾਂ ਹੀ ਗਲੀਆਂ 'ਚ ਆਪਣੇ ਆਪ ਨੂੰ ਸਹੇਲੀ ਨਾਲ ਕਿੱਕਲੀ ਪਾਉਂਦਿਆਂ ਵੇਖ ਰਹੀ ਸੀ ਨਾਲ ਹੀ ਵੇਖ ਰਹੀ ਸੀ ਗਵੰਡੀਆਂ ਦੇ ਉਸ ਮੁੰਡੇ ਨੂੰ ਜਿਸ ਲਈ ਉਸ ਬੇਤਨਖਾਹ ਨੌਕਰ ਵਾਂਗ ਸਾਰੇ ਕੰਮ ਕਰਦੀ ਸੀ ਉਹਨੂੰ ਯਾਦ ਨਹੀਂ ਸੀ ਕਿ ਮੋਹਨ ਨੇ ਉਸ ਨਾਲ ਕਦੇ ਪਿਆਰ ਕੀਤਾ ਸੀ ਜਾਂ ਨਹੀਂ ਸਗੋਂ ਮੋਹਨ ਉਹਨੂੰ ਸਦਾ ਹੀ ਮਾਰਦਾ ਤੇ ਦੰਦियां ਝਾੜਦਾ ਰਹਿੰਦਾ ਸੀ ਪਰ ਜਦ ਮੋਹਨ ਸਕੂਲੋਂ ਆਉਂਦਾ ਹੁੰਦਾ ਸੀ ਤਾਂ ਛੱਟ ਉਹਦਾ ਬਸਤਾ ਫੜ ਲੈਂਦੀ ਜਦੋਂ ਸਕੂਲੇ ਜਾਣ ਲੱਗਦਾ ਬਦੂ ਬਦੀ ਖੋਕੇ ਉਹਦੀ ਪੱਟੀ ਪੋਚ ਦਿੰਦੀ ਕਈ ਵਾਰ ਗੱਚਰੀ ਸਾਫ ਨਾ ਮਲਣ ਜਾਂ ਦੁਆਦ ਸੇ ਸ਼ਾਹੀ ਘਾਟ ਵੱਧ ਪਾਨ ਕਰਕੇ ਮੋਹਣ ਪਾਸੋਂ ਇਹਨੂੰ ਗੁੱਤ ਵੀ ਪਟਾਉਣੀ ਪੈ ਜਾਂਦੀ ਸੀ ਇਹ ਵੀ ਬਾਜੇ ਵੇਲੇ ਗੁੱਸੇ ਹੋ ਕੇ ਉਹਦੀ ਨੌਕਰੀ ਛੱਡਣ ਦਾ ਪ੍ਰਣ ਕਰ ਲੈਂਦੀ ਸੀ ਪਰ ਇਸ ਪ੍ਰਣ ਦੇ ਟੁੱਟਣ 'ਚ ਇਨਾ ਚਿਰ ਵੀ ਨਹੀਂ ਸੀ ਲੱਗਦਾ ਜਿੰਨਾ ਚਿਰ ਮੋਹਣ ਦੀ ਪੱਟੀ ਸੁੱਕਣ ਵਿੱਚ ਇਹ ਸਭ ਕੁਝ ਪਿਆਰ ਦੇ ਕਾਰਨ ਸੀ ਕਿ ਕਿਸੇ ਹੋਰ ਕਾਰਨ ਇਦਾ ਸਰਲਾ ਨੂੰ ਕੁਝ ਵੀ ਪਤਾ ਨਹੀਂ ਸੀ ਪਰੰਤ ਕੁਝ ਤਾਂ ਸੀ ਬਸ ਏ ਕੁਝ ਹੀ ਸੀ ਜਿਸ ਬਦਲੇ ਉਹ ਮੋਨ ਦੇ ਹਰ ਇੱਕ ਹੁਕਮ ਨੂੰ ਉਸੇ ਤਰ੍ਹਾਂ ਉਡੀਕਦੀ ਰਹਿੰਦੀ ਸੀ ਜਿਵੇਂ ਇੱਕ ਸਪਾਈ ਆਪਣੇ ਅਫਸਰ ਦੇ ਹੁਕਮ ਨੂੰ ਕਈ ਵਾਰ ਮੋਨ ਇਦਾ ਮਾਸਟਰ ਬਣ ਕੇ ਤੇ ਹੱਥ ਚਾਂਟਾ ਫੜ ਕੇ ਉਹਨੂੰ ਊੜਾ ਜੜਾ ਵੀ ਪੜਾਉਣਾ ਹੁੰਦਾ ਸੀ ਸਰਲਾ ਨੂੰ ਜਦ ਅੱਖਰ ਭੁੱਲ ਜਾਂਦਾ ਤਾਂ ਮੋਨ ਆਪਣੇ ਛਾਂਟੇ ਦੀ ਪਕਿਆਈ ਨੂੰ ਸਰਲਾ ਦੇ ਪਿੰਡੇ ਤੇ ਇਸ ਤਰ੍ਹਾਂ ਪਰਖਦਾ ਸੀ ਜਿਵੇਂ ਸਕੂਲ ਚੋਂ ਦਾ ਆਪਣਾ ਮਾਸਟਰ ਇਥੋਂ ਤੱਕ ਕਿ ਇੱਕ ਵਾਰੀ ਕਈ ਵਾਰੀ ਇਹ ਸਮਾਰਤੋ ਦੁਖੀ ਹੋ ਕੇ ਸਰਲਾ ਪੜਨੋ ਇਨਕਾਰੀ ਵੀ ਹੋ ਜਾਂਦੇ ਆਪੋਚ ਦੋਹਾਂ ਦੀ ਹੱਥੋਂ ਪਾਈ ਤੱਕ ਨੌਬਤ ਪਹੁੰਚ ਜਾਂਦੀ ਪਰ ਸੰਧਿਆ ਤੋਂ ਪਹਿਲਾਂ ਪਹਿਲਾਂ ਹੀ ਦੋਵੇਂ ਕਿਸੇ ਨਾ ਕਿਸੇ ਬਹਾਨੇ ਇੱਕ ਦੂਜੇ ਨੂੰ ਬੁਲਾ ਲੈਂਦੇ ਅੱਜ ਰਤਨਦੇਈ ਦੀਆਂ ਲੱਤਾਂ ਤੇ ਗਾਲਾਂ ਖਾਣ ਤੋਂ ਬਾਅਦ ਸਰਲਾ ਨੂੰ ਜੇ ਕੋਈ ਦੁੱਖ ਹੋਇਆ ਤਾਂ ਇਹ ਕਿ ਪੋਤੜੇ ਧੋਂਦਿਆਂ ਧੋਂਦਿਆਂ ਉਹ ਕਿਉਂ ਇਸ ਤਰ੍ਹਾਂ ਕਿਸੇ ਦੇ ਖਿਆਲ ਚ ਗੁੰਮ ਹੋ ਕੇ ਕੰਬ ਵੱਲੋਂ ਅਵੇਸਲੀ ਹੋ ਗਈ ਸੀ ਉਹਨੇ ਸੱਚਮੁੱਚ ਇਹ ਵੱਡੀ ਭੁੱਲ ਕੀਤੀ ਸੀ ਤੋਤੇ ਹੋਏ ਪੋਤੜਿਆਂ ਤੇ ਕੁਝ ਹੋਰ ਕੱਪੜਿਆਂ ਨੂੰ ਬਨੇਰੇ ਤੇ ਖਿਲਾਰ ਕੇ ਜਦੋਂ ਵਹਿਲੀ ਹੋਈ ਤਾਂ ਇਸ ਵੇਲੇ ਦੋ ਬਚ ਚੁੱਕੇ ਸਨ ਉਹਦੇ ਕਰਨ ਲਈ ਅਜੇ ਹੋਰ ਬਹੁਤ ਸਾਰੇ ਕੰਮ ਬਾਕੀ ਸਨ ਪਰ ਉਹਨੇ ਸੋਚਿਆ ਪਹਿਲਾਂ ਰੋਟੀ ਖਾ ਲਵਾਂ ਫਿਰ ਕੋਈ ਕੰਮ ਕਰਾਂਗੇ ਉਠ ਕੇ ਰਸੋਈ ਵੱਲ ਜਾਣ ਹੀ ਲੱਗੀ ਸੀ ਕਿ ਪ੍ਰੇਮ ਸਿੰਘ ਦੁਪਹਿਰਾਂ ਦੀ ਰੋਟੀ ਖਾ ਕੇ ਹੱਟੇ ਜਾਂਦਾ ਹੋਇਆ ਉਹਨੂੰ ਅੱਗੋਂ ਮਿਲਿਆ ਛੇਤੀ ਨਾਲ ਲਗਾਹ ਹੋ ਕੇ ਸਰਲਾ ਨੇ ਉਹਨੂੰ ਕੁਝ ਆਖਣ ਲਈ ਸਿਰ ਚੁੱਕਿਆ ਪਰ ਕੋਈ ਗੱਲ ਉਦੇ ਮੂੰਹ ਨਿਕਲਣ ਤੋਂ ਪਹਿਲਾਂ ਹੀ ਉਹਦੀ ਨਜ਼ਰ ਪਿਓ ਦੀਆਂ ਅੱਖਾਂ ਤੇ ਪਈ ਉਹਨਾਂ 'ਚ ਝਲ ਕਰਈ ਗੁੱਸੇ ਦੀ ਲਾਲੀ ਨੇ ਸਰਲਾ ਦਾ ਗਲਾ ਖੁਸ਼ ਕਰ ਦਿੱਤਾ ਪ੍ਰੇਮ ਸਿੰਘ ਦੀ ਨਜ਼ਰ ਜੋ ਸ਼ਾਇਦ ਸਰਲਾ ਨੂੰ ਹੀ ਟੋਲ ਰਹੀ ਸੀ ਉਸ ਉੱਤੇ ਪਈ ਤੇ ਕੜ ਕੇ ਬੋਲਿਆ ਸਰਲੋ ਤੂੰ ਕਿ ਢੀਠ ਹੋ ਗਈ ਏ ਢੀ ਨਿੱਕੀ ਹੈ ਹੁਣ ਤੂੰ ਏਡੀ ਵੱਡੀ ਮਟਿਆਰ ਤੀ ਹੈ ਇਸ ਤਰ੍ਹਾਂ ਵਹਿਲੀਆਂ ਫਿਰਦੀਆਂ ਚੰਗੀਆਂ ਲੱਗਦੀਆਂ ਨੇ ਯਤਨ ਕਰਨ ਤੇ ਵੀ ਸਰਲਾ ਤੋਂ ਇਹਦਾ ਕੋਈ ਉੱਤਰ ਨਾ ਸਰਿਆ ਉਦੇ ਜੀਵ ਨੇ ਸਾਥ ਨਾ ਦਿੱਤਾ ਉਹਨੇ ਚਾਇਆ ਕਿ ਅੱਖਾਂ ਦੇ ਖਾਰੇ ਪਾਣੀ ਨਾਲ ਹੀ ਜਵਾਬ ਦੇਆ ਪਰ ਹਿਰਦੇ ਦੇ ਮਾਰੂਥਲ 'ਚ ਉਹਦੇ ਦੋਵੇਂ ਚਸ਼ਮੇ ਜੀਰ ਚੁੱਕੇ ਸਨ ਹੁਣ ਉਹਨਾਂ 'ਚ ਇੱਕ ਬੂੰਦ ਵੀ ਬਾਕੀ ਨਹੀਂ ਸੀ ਸਪ ਨੂੰ ਵੇਖ ਕੇ ਜਿਹੜੀ ਉੱਡਣ ਦਾ ਯਤਨ ਕਰਦੀ ਹੋਈ ਵੀ ਉੱਡ ਨਾ ਸਕੇ ਇਸ ਤੇ ਵਾਧਾ ਇਹ ਕਿ ਪਿਛਲੇ ਪਾਸਿਓਂ ਬਿੱਲੀ ਨੇ ਆ ਚਪਟਾ ਮਾਰਿਆ ਸਰਲਾ ਨੇ ਸਿਰ ਚੁੱਕ ਕੇ ਜਾਂ ਪਛਾਂ ਤੱਕਿਆ ਰਤਨਦੇਈ ਉਹਦੇ ਸਿਰ ਤੇ ਖੜੀ ਰਹੀ ਸੀ ਖੜੀ ਕਹਿ ਰਹੀ ਸੀ ਵੇਲੀ ਕਿਥੇ ਰਹੰਦੀ ਐ ਇਸ ਵੱਡੀ ਪੜਾਕੋ ਨੂੰ ਤੇ ਸਾਰੀ ਦਿਹਾੜੀ ਕਿਤਾਬਾਂ ਦਾ ਹੀ ਵੇਨ ਨਹੀਂ ਛੱਡਦਾ ਫੜਿਆ ਪੋਥਾ ਤੇ ਜਾ ਵੜੀ ਪਿਛਲੇ ਅੰਦਰ ਨਾ ਇਹਦੇ ਜੋਗੇ ਫੁੱਥੇ ਮੁਕੜੇ ਨੇ ਤੇ ਨਾ ਇਹਨੇ ਵਹਿਲੀ ਹੋਣਾ ਰੱਬ ਲਵੇ ਇਹਨੂੰ ਤੇ ਜੱਲ ਲੋੜਾ ਪਾਵੇ ਇਹਦੀਆਂ ਕਿਤਾਬਾਂ ਨੂੰ ਸਾਡੀ ਕਿਹੀ ਜਾਣਕਾਰੀ ਇਸ ਪੜਾਈਆਂ ਪਿੱਟੀ ਨੇ ਕਦੇ-ਕਦੇ ਬੁਜੀ ਹੋਈ ਅੱਗ ਵਿੱਚੋਂ ਵੀ ਨੇਰੀ ਦੇ ਝੁੰਕਿਆਂ ਨਾਲ ਇੱਕ ਅਧ ਦਬੀ ਚੰਗਿਆੜੀ ਮਗ ਨਿਕਲਦੀ ਹੈ ਸਰਲਾ ਦੇ ਮੱਛ ਮਰੇ ਦਿਲ ਨੂੰ ਉਪਰੋਕਤ ਗੱਲਾਂ ਨੇ ਲੂਣੀ ਜੀ ਲਾਤੀ ਉਹ ਆਪਣੇ ਸੁੱਕੇ ਬੁੱਲਾਂ ਨੂੰ ਜੀਬ ਨਾਲ ਗਿੱਲੇ ਕਰਦੀ ਬੋਲੀ ਮਾਂ ਜੀ ਜਦੋਂ ਮੈਂ ਕਿਤਾਬਾਂ ਪੜ੍ਹਦੀ ਰਹਿਣੀ ਆ ਰਾਤ ਨੂੰ ਜਾਂ ਦੁਪਹਿਰੇ ਜੇ ਕਦੇ ਜੇ ਕੋਈ ਕੰਮ ਘੰਟਾ ਅੱਧ ਘੰਟਾ ਵੇਰ ਮੇਰੇ ਤੇ ਭਾਵੇਂ ਦੋ ਘੜੀਆਂ ਪੜ ਲਵਾ ਇਹ ਵੇਲਾ ਆਇਆ ਹੈ ਕੰਮ ਕਰਦੀ ਨੂੰ ਸਾਰੇ ਕਪੜੇ ਧੁੱਤੇ ਪਏ ਨੇ ਅੱਜ ਧੂੜੀ ਰੋਟੀ ਰਤਨ ਦਹੀਂ ਵਿੱਚੋਂ ਹੀ ਬੋਲੀ ਕਾਹਨੂੰ ਖਾਦੀ ਏ ਤੂੰ ਵੱਡੇ ਵੇਲੇ ਦੀ ਵਿਚਾਰੀ ਨਿਰਨੇ ਕਲੇਜੀ ਬੈਠੀ ਪੰਡਪੰਦ ਵੇਲੇ ਖਸਮ ਨੂੰ ਖਾਣੀ ਤੋਸੀ ਬੀੜਦੇ ਐ ਅਜੇ ਇਹਨੂੰ ਭੁੱਖੜਾ ਹੀ ਲੱਗਾ ਰਹਿੰਦਾ ਫਿਰ ਪਤੀ ਵੱਲ ਮੂੰਹ ਕਰਕੇ ਬੋਲੇ ਤੈਨੂੰ ਪੰਜਾਬੇ ਰਿਪਟ ਥੱਕੀ ਆ ਭਈ ਇਸ ਨਖਸਮੀ ਦੇ ਹੱਥ ਪੀਲੇ ਕਰਦੇ ਤੱਕਾ ਦੇ ਕੇ ਰੋੜਸੂਟਾ ਬੇ ਕਿੰਨਾ ਕਚੇਰ ਕੋਤਲ ਪਾਲਦਾ ਰਹੇਗਾ ਅੰਤਰੀ ਖਾਣ ਦੀ ਕੱਟੀ ਨਮਰਦੀ ਐ ਨਮਗਰੂ ਲੱਤੀ ਐ ਤੇ ਪ੍ਰੇਮ ਸਿੰਘ ਦੀ ਨਜ਼ਰ ਸਰਲਾ ਦੇ ਚਿਹਰੇ ਤੇ ਸੀ ਤੇ ਕੰਨ ਉਹਦੇ ਰਤਨ ਦੇਈ ਦੀਆਂ ਗੱਲਾਂ ਬੱਲ ਅੱਖਾਂ ਦੀ ਗਵਾਹੀ ਸਰਲਾ ਦੇ ਹੱਕ ਚ ਸੀ ਪਰ ਕੰਨਾਂ ਦੀ ਉਹਦੇ ਸਖਤ ਵਿਰੁੱਧ ਕੁਛਿਰ ਲਈ ਉਹ ਫੈਸਲਾ ਨਾ ਕਰ ਸਕਿਆ ਕਿ ਕਿਹਦਾ ਇਤਬਾਰ ਕਰੇ ਅੱਖੀ ਰੋਣੀ ਕੰਨਾਂ ਦੀ ਸ਼ਹਾਦਤ ਨੂੰ ਹੀ ਮੌਤ ਬਰ ਮੰਨਿਆ ਤੇ ਕਹਿੰਦਾ ਹੋਇਆ ਸਰਲੋ ਤੂੰ ਆ ਸਮਝ ਤੂੰ ਆਪ ਸਮਝਾ ਨਹੀਂ ਤਾਂ ਮੈਂ ਤੇਰੀ ਉਹ ਗੱਤ ਬਣਾਵਾਂਗਾ ਜੋ ساری ਉਮਰ ਯਾਦ ਰੱਖੇਗੀ ਛੇਤੀ ਜਤੀ ਬਾਹਰ ਨਿਕਲ ਗਿਆ ਕਦੇ ਕਦੇ ਦੁਖੀ ਆਦਮੀ ਨੂੰ दारू ਬਣ ਜਾਂਦਾ ਹੈ ਸਰਲਾ ਨੂੰ ਭੁੱਖ ਲੱਗੀ ਸੀ ਪਰ ਇਸ 2 ਮਿੰਟ ਦੀ ਗੱਲ ਗੱਤ ਨੇ ਉਹਨੂੰ ਸੱਤਾਂ ਰੋਟੀਆਂ ਦਾ ਕੰਮ ਦੇ ਦਿੱਤਾ ਉਹਦੀ ਭੁੱਖ ਜਾਂਦੀ ਰਹੀ ਉਹ ਰਸੋਈ ਵਿੱਚ ਘਰ ਦੀਆਂ ਰੋਟੀਆਂ ਵਾਲਾ ਇੱਕ ਛਿੱਕ ਖੋਲਣ ਦੀ ਥਾਂ ਝੂਠੇ ਪਾਂਡਿਆਂ ਦੇ ਢੇਰ ਅੱਗੇ ਬੈਠ ਗਈ ਕਿ ਉਹਦਾ ਉੱਥੇ ਕੋਈ ਸੀ ਜਿਹੜਾ ਉਹ ਤੋਂ ਰੋਟੀ ਨਾ ਖਾਣ ਦਾ ਕਾਰਨ ਪੁੱਛਦਾ ਅੰਗ ਦੂਸਰਾ ਸਰਦਾਰ ਉੱਤਮ ਸਿੰਘ ਹੋਰਾਂ ਦਾ ਜੀਵਨ ਬੜਾ ਹੀ ਅਨੋਖਾ ਜਿਹਾ ਉਹਨਾਂ ਦੇ ਸੁਭਾਅ ਦਾ ਪਤਾ ਲਾਉਣਾ ਸ਼ਾਇਦ ਇਹ ਨਹੀਂ ਔਖਾ ਕੰਮ ਹੈ ਜਿਨ੍ਹਾਂ ਅਮਰਵੈਲ ਦਾ ਮੁੱਢ ਲੱਭਣਾ ਕੁੰਤਰਾਂ ਕੱਢਣ ਵਾਲੇ ਲੋਕੀ ਆਪ ਭਾਵੇਂ ਆਪ ਨੂੰ ਲੀਡਰੀ ਦਾ ਆਸਾਦ ਰੋਗੀ ਜਾਂ ਨਿਅਖਰਾ ਐਡੀਟਰ ਆਦ ਕਈ ਨਾਵਾਂ ਨਾਲ ਯਾਦ ਕਰਦੇ ਐ ਪਰ ਜੇ ਸੱਚ ਪੁੱਛਿਆ ਜਾਏ ਤਾਂ ਇਹ ਐਵੇਂ ਈਰਖੀ ਲੋਕਾਂ ਦੀ ਬਕਬਕ ਹੈ ਜਿਨ੍ਹਾਂ ਨੂੰ ਇਹ ਗੁਮਾਨ ਹੈ ਵੀ ਇਲਮ ਦਾ ਕੀੜਾ ਬਣਨ ਤੋਂ ਬਿਨਾ ਆਦਮੀ ਤਾਂ ਐਡੀਟਰ ਬਣ ਨਹੀਂ ਸਕਣਾ ਇਹ ਉਹਨਾਂ ਦੀ ਭੁੱਲ ਹੈ ਐਡੀਟਰ ਬਣਨ ਲਈ ਲੋੜ ਹੈ ਕਾਢਾਂ ਕੱਢਣ ਵਾਲੇ ਦਿਮਾਗ ਦੀ ਸੋ ਇਸ ਕੰਮ ਵਿੱਚ ਸਾਡੇ ਸਰਦਾਰ ਹੋਰੇ ਅਮਰੀਕਾ ਦੇ ਐਡੀਸ਼ਨ ਨੂੰ ਵੀ ਮਾਤ ਪਾ ਗਏ ਭਾਵੇਂ ਆਪ ਦੇ ਦਿਮਾਗੀ ਪਤਲੇਚ ਕਦੇ ਕਦੇ ਦੇਸ਼ ਪ੍ਰੇਮ ਦਾ ਉਬਾਲਾ ਵੀ ਆ ਜਾਂਦਾ ਪਰ ਬਹੁਤਾ ਫਿਕਰ ਆਪ ਨੂੰ ਆਪਣੇ ਮਜ਼ਦਦਾਈ ਲੱਗਾ ਰਹੰਦਾ ਇਹਨੂੰ ਕਿਸੇ ਦੁਸ਼ਮਣ ਗਵੰਡੀ ਦੀ ਨਜ਼ਰ ਨਾ ਲੱਗ ਜਾਏ ਅਥੋ ਇਸ ਕੱਚ ਦੇ ਖਡਾਉਣੇ ਨੂੰ ਕਿਸੇ ਕਠੋਰ ਦੀ ਠੋਕਰ ਨਾ ਵੱਜ ਜਾਏ ਇਸੇ ਗੱਲ ਦੀ ਚਿੰਤਾ ਆਪ ਨੂੰ ਦਿਨ ਰਾਤ ਸਤਾਉਂਦੀ ਰਹਿੰਦੀ ਹੈ ਇੱਥੋਂ ਤੱਕ ਕਿ ਹੋਟਲ ਵਿੱਚ ਜਾਂ ਹੋਰ ਸੈਰ ਤਮਾਸ਼ੇ ਦੇ ਥਾਂ 'ਵੀ ਬੈਠਿਆ ਵੀ ਆਪ ਦਾ ਧਿਆਨ ਇਸੇ ਪਾਸੇ ਕੱਸਿਆ ਰਹਿੰਦਾ। ਮਜ਼ਬ ਲਈ ਆਪ ਨੇ ਜੋ-ਜੋ ਕਠਨ ਕਾਲਣਾ ਕਾਲੀਆਂ ਜੋ ਨਾ ਸਾਰੀਆਂ ਦੀ ਲਿਸਟ ਬਣਾਈ ਜਾਏ ਤਾਂ ਨਿਸ਼ਚਿਤ ਦੋ ਕੁ ਵਟੀਆਂ ਦਾ ਇੱਕ ਵੱਖਰਾ ਪੋਥਾ ਬਣ ਜਾਏ। ਆਮ ਬਾਬਤ ਇਹ ਗੱਲ ਨਾ ਸੁਣੋ ਤੇ ਇੱਕ ਇਕਰਤਕੰਤਾ ਹੋਏਗੀ ਕਿ ਸਿੱਖ ਕੌਮ ਦੀਆਂ ਅਨੇਕਾਂ ਸੰਪਰਦਾਵਾਂ ਨੂੰ ਆਪਨੇ ਸਿੱਖ ਕੌਮ ਨਾਲੋਂ ਦੁੱਧ ਚ ਮੱਖਣ ਮੰਗ ਨਖੇੜ ਕੇ ਕਦੇ ਨਾ ਪੂਰਨ ਵਾਲਾ ਉਪਕਾਰ ਕੀਤਾ ਜਿਸ ਦਾ ਫਲ ਰੂਪ ਅੱਜ ਲੱਖਾਂ ਸ਼ਰਧਾਲੂ ਨੇ ਖਾਸ ਕਰਕੇ ਸਿੱਖੀ ਜੋ ਨਿਰੋਲ ਸਿੱਖਾਂ ਦੀ रियासत ਸੀ ਸਿੱਖਾਂ ਨੂੰ ਮੋੜ ਦਿੱਤੀ ਹੈ ਇਸ ਤੋਂ ਛੁੱਟ ਹਿੰਦੂਆਂ ਨਾਲ ਰੋਟੀ ਬੇਟੀ ਦੀ ਸਾਂਝ ਤੋੜਨ ਤੇ ਮੁਸਲਮਾਨਾਂ ਦੀ ਪਰਛਾਵੇਂ ਤੋਂ ਬਚਾਉਣ ਲਈ ਆਪਨੇ ਆਪਣੇ ਮਜ਼ਬੇ ਦੀ ਕੋਈ ਘੱਟ ਸੇਵਾ ਨਹੀਂ ਕੀਤੀ ਉਮਰ ਦਾ ਬਹੁਤ ਸਾਰਾ ਹਿੱਸਾ ਆਪ ਨੇ ਇਹਨਾਂ ਕੁਰਬਾਨੀਆਂ ਵਿੱਚ ਹੀ ਕੁਰਬਾਨ ਕਰ ਦਿੱਤਾ ਹੈ। ਇਸ ਥੋੜੇ ਸਾਲ ਤੋਂ ਆਪ ਨੂੰ ਇੱਕ ਅਖਬਾਰ ਕੱਢਣ ਦੀ ਲੋੜ ਪਾਸੇ ਜਿਸ ਦਾ ਫਲ ਰੂਪ ਚਾਪ ਦੇ ਕੇਂਦਰੀ ਲਾਹੌਰ ਵਿੱਚ ਅਖਬਾਰ ਨਿਤੜਕ ਦਾ ਜਨਮ ਹੋਇਆ। ਭਾਵੇਂ ਆਪ ਨੂੰ ਇਹ ਵੀ ਪਤਾ ਸੀ ਕਿ ਅਖਬਾਰ ਦੀ ਪੰਜ ਮਣੀ ਛੱਟ ਚੱਕਣੀ ਉਹਨਾਂ ਲਈ ਕਿੰਨਾ ਔਖਾ ਕੰਮ ਹੈ। ਪਰ ਇਹ ਇਸ ਗੱਲੋਂ ਵੀ ਅਣਜਾਣ ਨਹੀਂ ਸੀ ਕਿ ਮਾਇਆ ਦੇਵੀ ਦੀ ਕਿਰਪਾ ਨਾਲ ਜੋ ਵਿਦਿਆ ਨਹੀਂ ਮਿਲ ਸਕਦੀ ਤਾਂ ਵਿਦਵਾਨ ਬਥੇਰੇ ਲੱਭ ਜਾਂਦੇ ਆ ਤਾਂ ਵਿਦਵਾਨ ਬਥੇਰੇ ਲੱਭ ਜਾਂਦੇ ਆ ਫਿਰ ਪੰਜਾਬੀ ਦੇ ਅਖਬਾਰ ਲਈ ਵਿਦਵਾਨ ਵੀ ਕਿੱਡਾ ਕੋ ਪ੍ਰੋਫੈਸਰ ਪੂਰਨ ਸਿੰਘ ਵਰਗਾ ਚਾਹੀਦਾ ਮਸੇ ਇੰਨਾ ਕੁ ਕਿ ਉਹਨਾਂ ਦੇ ਪੜਹਾਉ ਖਿਆਲਾਂ ਨੂੰ ਸੱਚੇ ਜੇ ਢੰਗ ਨਾਲ ਕਲਮ ਦੀ ਝੁੰਝ ਵਿੱਚ ਪਹੁੰਚੋ ਸਕੇ ਪਹਿਲਾਂ ਪਹਿਲਾਂ ਕੁਝ ਦਿਨ ਤਾਂ ਆਪ ਦੇ ਨਵੇਂ ਨਿਕਲੇ ਅਖਬਾਰ ਚੰਗਾ ਰੰਗ ਬੰਨਿਆ ਦੁਸ਼ਮਨਾ ਦੇ ਖੂਬ ਛੱਕੇ ਛਡਾਏ ਪਰ ਸਤਿਆਨਾਸ਼ ਹੋਏ ਨਾ ਫਿਰ ਤੂੰ ਸਭ ਸਭ ਐਡੀਟਰਾਂ ਦਾ ਕੋਈ ਪੇਸ਼ਗੀ ਤਨਖਾਹ ਮਾਰ ਕੇ ਨਸ ਜਾਂਦਾ ਰਿਹਾ ਕੋਈ ਦੂਜੀ ਪਾਰਟੀ ਤੇ ਤਰੱਕੀ ਲੋਭ ਦਾ ਸ਼ਿਕਾਰ ਬਣ ਕੇ ਹੋਰ ਥਾਂਵੇਂ ਜਾ ਫਸਦਾ ਇਹਨਾਂ ਨਿੱਤ ਤੇ ਬਖੇੜਿਆਂ ਤੋਂ ਖਿਡ ਕੇ ਕਈ ਵਾਰ ਸਰਦਾਰ ਹੋਰਾ ਇਹ ਵੀ ਸਲਾਹ ਕੀਤੀ ਕਿ ਅਸੀਂ ਆਪ ਕਿਸੇ ਦਿਨੋਂ ਧੀ ਨਾਲੋਂ ਘਟਾਂ ਕਿਉਂ ਨਾ ਆਪ ਵੀ ਲਿਖਣ ਦਾ ਅਭਿਆਸ ਕੀਤਾ ਜਾਏ ਪਰ ਸ਼ੌਕ ਹਜ਼ਾਰਾਂ ਕੋਸ਼ਿਸ਼ ਕਰਨ ਤੇ ਵੀ ਕਾ ਨੂੰ ਲਟਪਟ ਪੰਛੀ ਨਹੀਂ ਬਣਾ ਸਕਿਆ ਅਖੀਰੋ ਕਿਸੇ ਅਜੇ ਗਰਜ਼ਮੰਦ ਦੀ ਭਾਲਟ ਕਰਨ ਲਗੇ ਜਿਹੜਾ ਹਿੰਗ ਲੱਗੇ ਨਾ ਫਟਕੜੀ ਰੰਗ ਚ ਸੁੱਖਾ ਹੋ ਜਾਏ ਅੰਸਾਰ ਮੁਫਤ ਮੁਫਤੀ ਜਾਂ ਥੋੜੀ ਦੇ ਥੋੜੀ ਤਨਖਾਹ ਤੇ ਕੰਮ ਕਰੇ ਤੇ ਫਾਤੀ ਦੇ ਫਟਕਣ ਵਾਲਾ ਕਿਤੇ ਨਾ ਜਾ ਸਕੇ ਇਹਨਾਂ ਦਿਨਾਂ ਚ ਸਰਦਾਰ ਹੋਰਾਂ ਦੀ ਰੰਗਤ اپنی نظر ਦੇ ਚਪੜਾਸੀ ਉਤੇ ਕੋਈ ਇੱਕ ਦੂਜੇ ਦਾ ਇੱਕ ਖਾਸ ਮਸ ਫੁੱਟ ਵਾਂਗ ਬਰੀਟ ਸੀ ਭਾਵੇਂ ਸਰੀਰ ਦਾ ਡਾਡਾ ਲੈਸਾ ਸੀ ਪਰ ਕੰਮ ਦਾ ਠੀਕ ਬਣ ਚੁਸਤ ਦਫ਼ਤਰ ਦੇ ਬਹੁਤ ਸਾਰੇ ਕੰਮ ਇਹਨੂੰ ਕਰਨੇ ਪੈਂਦੇ ਸੀ ਅਖਬਾਰਾਂ ਦੇ ਪੈਕੇਟ ਬੰਨਣਾ ਲਿਸਟਾਂ ਟਿਕਟਾਂ ਤੇ ਚਿਟਾਂ ਲਾਉਣ ڈاکਖਾਨੇ ਪਾਣ ਜਾਣ ਦਫ਼ਤਰ ਤੇ ਪ੍ਰੈਸ ਦੀ ਸਫਾਈ ਕਰਨ ਨੂੰ ਸਰਦਾਰ ਹੋਰਾਂ ਦੇ ਘਰ ਦਾ ਵੀ ਬਹੁਤ ਸਾਰਾ ਕੰਮ ਧੰਦਾ ਕਰਨਾ ਇੱਥੋਂ ਤੱਕ ਕਿ ਗਾਹਕਾਂ ਦੇ ਪਤੇ ਬਦਲਣ ਦਾ ਕੰਮ ਵੀ ਉਸੇ ਦੇ ਜਿੰਮੇ ਸੀ ਸਰਦਾਰ ਹੋਣਾ ਨੂੰ ਇਹ ਵੀ ਪਤਾ ਸੀ ਕਿ ਮੁੰਡਾ ਪੜ੍ਹਨ ਲਿਖਣ ਦਾ ਚੰਗਾ ਸ਼ੌਕੀ ਹੈ ਉਹਦੀਆਂ ਕਈ ਕਹਾਣੀਆਂ ਖਬਰਾਂਾਂ ਚ ਸਭ ਚੁੱਕੀਆਂ ਚਪਰਾਸੀ ਦੇ ਕੰਮ ਤੋਂ ਹਟਾ ਕੇ ਸਰਦਾਰ ਹੋਰਾਂ ਨੂੰ ਕੁਝ ਦਿਨ ਕਲਰਕੀ ਦੇ ਕੰਮ ਤੇ ਲਾਇਆ ਇਸ ਤੋਂ ਬਾਅਦ 25 ਤਨਖਾਹ ਤੇ ਸਭ ਐਡੀਟਰਾਂ ਦੀ ਪਦਵੀ ਸੰਭਲਦੀ ਇਹਦਾ ਸਿੱਟਾ ਇਹ ਨਿਕਲਿਆ ਕਿ ਅਖਬਾਰ ਜੋ ਦਿਨੋਂ-ਦਿਨ ਕਹਿਨੀਆਂ ਕਲਾਵਾਂ ਵੰਡ ਜਾ ਰਿਹਾ ਸੀ ਫਿਰ ਚਮਕਣ ਲੱਗ ਪਿਆ ਅੰਗ ਤੀਸਰਾ ਗਰੀਬ ਮਾਪਿਆਂ ਦਾ ਪੁੱਤਰ ਹੋਣ ਕਰਕੇ ਭਾਵੇਂ ਬਹੁਤੀ ਵਿਦਿਆ ਨਹੀਂ ਪ੍ਰਾਪਤ ਕਰ ਸਕਿਆ ਪਰ ਆਪਣੀ ਹਿੰਮਤ ਨਾਲ ਹੀ ਉਹ ਦੋ ਤਿੰਨਾਂ ਬੋਲੀਆਂ ਦਾ ਸਾਹਿਤ ਪੜਨ ਜੁਗਾ ਹੋ ਗਿਆ ਸੀ ਨਿੱਕੇ ਹੁੰਦਿਆਂ ਹੀ ਪਿਓ ਦਾ ਸਹਾਰਾ ਨਾ ਰਹਿਣ ਕਰਕੇ ਭਾਵੇਂ ਉਹ ਸ਼ੁਰੂ ਤੋਂ ਹੀ ਦੁੱਖਾਂ ਦੇ ਪੰਘੂੜੇ ਝੂਟਦਾ ਰਿਹਾ ਸੀ ਪਰ ਮਾਨਸਵਰਗੀ ਗੋਦ ਤੇ ਭੈਣ ਦੇ ਅਨੂਠੇ ਸਨੇਹ ਤੋਂ ਵਾਂਝਿਆ ਨਹੀਂ ਸੀ। ਛੋਟੀ ਉਮਰੇ ਮੋੜ ਨੂੰ ਬਟਾਲਾ ਛੱਡ ਕੇ ਲੋਹਾਰ ਦਾ ਅਨਜਲ ਚੁਗਣਾ ਪਿਆ। ਦੋ ਨਿਆਸਰੀਆਂ ਜਿੰਦਾਂ ਦੇ ਤਨ ਪੇਟ ਦਾ ਭਾਰੇ ਸੇ ਅਨਾਥ ਦੇ ਸਿਰ ਤੇ ਸੀ। ਲੋਹਾਰ ਆ ਕੇ ਸਭ ਤੋਂ ਪਹਿਲਾਂ ਉਹਨੇ ਇੱਕ ਹਟਵਾਣੀਏ ਦੀ ਨੌਕਰੀ ਕਰਨੀ ਪਈ ਪਰ ਪੜਨ ਲਿਖਨ ਦੀ ਸੱਧਰ ਨੇ ਉਹਨੂੰ ਬਹੁਤ ਜ਼ਰੂਰ ਉੱਥੇ ਟਿਕਣ ਨਾ ਦਿੱਤਾ। ਇਸ ਤੋਂ ਬਾਅਦ ਉਹ ਕੁੱਚੇ ਅਖਬਾਰਾਂ ਵੇਚ ਕੇ ਕਈ ਵੇਚ ਕੇ ਦਿਨ ਕੱਟੀ ਕਰਦਾ ਰਿਹਾ। ਇਸ ਕੰਮ ਵਿੱਚ ਭਾਵੇਂ ਉਹਦਾ ਪੜ੍ਹਨ ਲਿਖਣ ਦਾ ਸ਼ੌਕ ਪੂਰਾ ਹੋ ਜਾਂਦਾ ਸੀ ਪਰ ਬਚਦਾ ਕੁਝ ਨਹੀਂ ਸੀ ਤੇ ਜਿਹੜੇ ਅਖਬਾਰ ਵੇਚਣ ਤੋਂ ਰਹਿ ਜਾਂਦੇ ਸਨ ਉਹਨਾਂ ਦੇ ਪੈਸੇ ਉਸੇ ਦੇ ਜਿੰਮੇ ਪੈਂਦੇ ਸਨ ਉਹਨੂੰ ਆਪਣੇ ਰੋਟੀ ਕੱਪੜੇ ਦਾ ਇੰਨਾ ਫਿਕਰ ਨਹੀਂ ਸੀ ਜਿੰਨਾ ਪਿਛਲੇ ਆਂਦਾ ਇਸ ਤੋਂ ਛੁੱਟਮੁਟਿਆਰ ਭੈਣ-ਭੂਏ ਤੇ ਸੀ ਉਹਨੂੰ ਵਿਆਹਣ ਕਰਨ ਦਾ ਫਿਕਰ ਵੀ ਸਿਰ ਤੇ ਸੀ ਇਹੋ ਹੀ ਨਹੀਂ ਬਲਕਿ ਉਹਦੇ ਸਿਰ ਤੇ ਕਰਜ਼ੇ ਦੀ ਵੀ ਪੰਡ ਸੀ ਜਿਹੜੀ ਉਹਦਾ ਪਿਓ ਛੱਡ ਗਿਆ ਸੀ ਇਹੋ ਕਾਰਨ ਸੀ ਕਿ ਕੁਝ ਚਿਰ ਬਾਅਦ ਉਹਨੂੰ ਅਖਬਾਰਾਂ ਵੇਚਣ ਦਾ ਕੰਮ ਵੀ ਛੱਡਣਾ ਪਿਆ ਸਾਲਾਂ ਬੱਧੀ ਕਦੇ ਕਿਸੇ ਕੰਮ ਵਿੱਚ ਕਦੇ ਕਿਸੇ ਵਿੱਚ ੱੱਕੇ ਖਾਣ ਤੋਂ ਬਾਅਦ ਉਹਨੂੰ ਇੱਕ ਅਖਬਾਰ ਦੇ ਦਫ਼ਤਰ ਚਪੜਾਸੀ ਦੀ ਥਾਂ ਮਿਲ ਗਈ। ਇੱਥੇ ਉਹਨੂੰ ਕੱਲੇ ਨੂੰ ਕਈਆਂ ਨੌਕਰਾਂ ਜਿੰਨਾ ਕੰਮ ਕਰਨਾ ਪੈਂਦਾ ਸੀ। ਫੇਰ ਵੀ ਉਹ ਖੁਸ਼ ਸੀ। ਉਹਨੂੰ ਅਖਬਾਰ ਰਸਾਲੇ ਪੜ੍ਹਨ ਨੂੰ ਮਿਲ ਜਾਂਦੇ ਸਨ। ਰਾਮ ਗਲੀ 'ਚ ਉਹਨੇ ਇੱਕ ਨਿੱਕੀ ਜਿਹੀ ਕੋਠੜੀ ਕਰਾਈ ਲਈ ਹੋਈ ਸੀ। ਤਨਖਾਹ ਦੇ 10 ਰੁਪਏ ਵਿੱਚੋਂ ਹਰ ਮਹੀਨੇ 6 ਰੁਪਏ ਘਰ ਘੱਲਦਾ ਸੀ ਤੇ ਚੌ ਵਿੱਚੋਂ ਵੀ 2-3 ਚਵਾਨੀਆਂ ਉਹਨੂੰ ਸਿਨੇਮਾ ਵੇਖਣ ਲਈ ਬਚਾਉਣੀਆਂ ਪੈਂਦੀਆਂ ਸਨ। ਵੜਨ ਦੇ ਨਾਲ ਹੀ ਹੌਲੀ-ਹੌਲੀ ਉਹਨੂੰ ਲਿਖਣ ਦਾ ਸ਼ੌਕ ਵੀ ਉੱਠਣ ਲੱਗਾ ਥੋੜੇ ਚਿਰ ਵਿੱਚ ਉਹ ਮਾੜੀਆਂ-ਮੋਟੀਆਂ ਕਹਾਣੀਆਂ ਲਿਖਣ ਲੱਗ ਪਿਆ ਕੁਝ ਦਿਨ ਪਾ ਕੇ ਉਹਦੀ ਕਿਸਮਤ ਨੇ ਪਲਟਾ ਖਾਧਾ ਤੇ ਉਹ ਚਪੜਾ ਸੀ ਤੋਂ ਸਬ ਐਡੀਟਰ ਬਣ ਗਿਆ ਤਨਖਾਹ 10 ਤੋਂ 25 ਪਰੇ ਦੇ ਨਾਲ ਹੀ ਉਹਦਾ ਕੰਮ ਇੰਨਾ ਵੱਧ ਗਿਆ ਕਿ ਜਿਹਨੂੰ ਮੁਕਾਉਣ ਲਈ ਉਹਨੂੰ ਕਈ ਰਾਤਾਂ ਜਾਗਣਾ ਪੈਂਦਾ ਉਦੇ ਮਾਲਕ ਨੇ ਚਪੜਾਸੀ ਦੀ ਥਾਂ ਖਾਲੀ ਥਾਂ ਪੂਰੀ ਕਰਨ ਲਈ ਕੋਈ ਹੋਰ ਚਪੜਾਸੀ ਨਹੀਂ ਸੀ ਰੱਖਿਆ ਸਗੋਂ ਸਾਰਾ ਕੰਮ ਜਿਉਂਦਾ ਤਿਉਂ ਮੋਨ ਨੂੰ ਹੀ ਕਰਨਾ ਪੈਂਦਾ ਸੀ ਅਰਥਾਤ 10 ਰੁਪਿਆ ਚਪੜਾਸੀ ਪੁਣਾ 15 ਚ ਸਬ ਐਡੀਟਰੀ ਪਹਿਲਾਂ ਪਹਿਲਾਂ ਤਾਂ ਮੋਨ ਨੂੰ ਇਹ ਉੱਚੀ ਪਦਵੀ ਬੜੀ ਚੰਗੀ ਲੱਗੀ ਪਰ ਹੌਲੀ ਹੌਲੀ ਇਹਦੀ ਖੁਸ਼ੀ ਪਛਤਾਵੇ ਤੇ ਦੁੱਖ 'ਚ ਬਦਲ ਗਈ ਇਹ ਇੱਕ ਤਾਂ ਕਮਜ਼ੋਰ ਸਰੀਰ ਨੂੰ 12 12 16 16 ਘੰਟੇ ਰੋਜ਼ ਕੰਮ ਕਰਨਾ ਪੈਂਦਾ ਤੇ ਦੂਜਾ ਸਭ ਤੋਂ ਵੱਡਾ ਦੁੱਖ ਇਹ ਕਿ ਉਹਨੂੰ ਬਹੁਤ ਸਾਰੇ ਕੰਮ ਆਪਣੀ ਆਤਮਾ ਦੀ ਆਵਾਜ਼ ਤੋਂ ਵਿਰੁੱਧ ਕਰਨੇ ਪੈਂਦੇ। ਪਰ ਅਣਸਰਦੇ ਨੂੰ ਆਦਮੀ ਸਭ ਕੁਝ ਸਹਾਰ ਲੈਂਦਾ। ਇਹਦਾ ਫਲ ਰੂਪ ਮੋਹਨ ਦੀ ਰਹਿੰਦੀ ਖੁੰਦੀ ਅਰੂਕਤਾ ਵੀ ਜਵਾਬ ਦੇਣ ਲੱਗੀ। ਸਨੇਤ ਸਰਵਾਰ ਦਾ ਦਿਨ ਸੀ। ਮੋਹਨ ਕਈਆਂ ਦਿਨਾਂ ਤੋਂ ਇੱਕ ਨਵੀਂ ਆਈ ਫਿਲਮ ਵੇਖਣ ਦੀ ਸਲਾਹ ਕਰ ਰਿਹਾ ਸੀ। ਪਰ ਕੰਮ ਦੀ ਬੌਲਤਾ ਕਰਕੇ ਰੋਜ਼ ਹੀ ਖੁੰਝ ਜਾਂਦਾ। ਅੱਜ ਉਹਨੇ ਜ਼ੋਰ ਮਾਰ ਕੇ ਕੰਮ ਛੇਤੀ ਛੇਤੀ ਮੁਕਾ ਲਿਆ ਤੇ ਸਵੇਰੇ 6 ਵਜੇ ਟਾਕੀ ਹਾਊਸ ਜਾ ਪੁੱਜਾ। ਸਿਨੇਮਾ ਵੇਖ ਕੇ ਜਦੋਂ ਉਮੜਿਆ ਰਹੀ ਆਸੀ ਤੇ ਅੱਜ ਵਾਲੀ ਫਿਲਮ ਉਸੇ ਤਰ੍ਹਾਂ ਉਹਦੇ ਦਿਮਾਗ 'ਚ ਚੱਲ ਰਹੀ ਸੀ। ਉਹਦੀਆਂ ਅੱਖਾਂ ਅੱਗੇ ਫਿਲਮ ਦੀ ਉਹੀ ਨਾਇਕਾ ਫਿਰ ਰਹੀ ਸੀ ਜਿਹਦਾ ਪਿਓ ਗਰੀਬ ਕੋਲੇ ਦੀ ਇੱਕ ਖਾਨਚ ਕੰਮ ਕਰਦਾ ਹੋਇਆ ਦੁਰਘਟਨਾ ਨਾਲ ਮੌਤ ਦਾ ਸ਼ਿਕਾਰ ਹੋ ਚੁੱਕਾ ਸੀ। ਕੁੜੀ ਦੀ ਮਾਂ ਵਿਚਾਰੀ ਜਦ ਰੱਬ ਦੇ ਜੀ ਨੂੰ ਭੁੱਖ ਦੇ ਪੰਜੇ ਤੋਂ ਨਾ ਬਚਾ ਸਕੀ ਤਾਂ ਉਹਨੇ ਇੱਕ ਦਿਨ ਪੱਥਰ ਦਾ ਜੇਰਾ ਕੀਤਾ। ਉਹ ਕੁੜੀ ਨੂੰ ਇਸ ਸਵਾਰਥੀ ਦੁਨੀਆ ਦੇ ਹਵਾਲੇ ਕਰਕੇ ਆਪ ਦਰਿਆ ਦੀਆਂ ਲਹਿਰਾਂ 'ਚ ਜਾ ਲੁਕੀ ਸੀ। ਇਸ ਤੋਂ ਬਾਅਦ ਉਸ ਅਣਖੋ ਕਲੀ ਨੂੰ ਕਿਸ ਤਰ੍ਹਾਂ ਪਾਪੀ ਤੇ ਦੁਰਾਚਾਰੀ ਲੋਕਾਂ ਦੇ ਤਸੀਹੇ ਸਹਿਣੇ ਪਏ ਆਪਣੀ ਇਸਤਰੀ ਪੁਣੇ ਦੀ ਰੱਖਿਆ ਲਈ ਉਹਨੂੰ ਕੀ ਕੀ ਨਾ ਕਰਨਾ ਪਿਆ ਅੰਤ ਬਹੁਤ ਸਾਰੀਆਂ ਜ਼ੁਲਮੀ ਪੱਟੀਆਂ ਚ ਭੁੱਜਣ ਤੋਂ ਬਾਅਦ ਉਹ ਇੱਕ ਦੇਵਤੇ ਮਨੁੱਖ ਦੀ ਨਜ਼ਰੀਂ ਪਈ ਜਿਹਦੀ ਕਿਰਪਾ ਤੇ ਖੁਲਦਲੀ ਦਾ ਸਦਕਾ ਕੁਝ ਦਿਨ ਬਾਅਦ ਕਿਸਮਤ ਦੇ ਵਜੇ ਬੂਹੇ ਉਸ ਲਈ ਖੁੱਲ ਗਏ ਕਦੇ ਕਦੇ ਜਦ ਕੋਮਲ ਪਾਵਾਂ ਦੀ ਹਨੇਰੀ ਔਣ ਕਰਕੇ ਮਨੁੱਖੀ ਹਿਰਦੇ 'ਚ ਜਜ਼ਬਿਆਂ ਦੀਆਂ ਲਹਿਰਾਂ ਉਮੜਦੀਆਂ ਹਨ ਤਾਂ ਅਜੇ ਵੇਲੇ ਉਦੇ ਦਿਲ ਦੀ ਧੁਰ ਛੇਟਲੀਆਂ ਛੱਤਾਂ ਥੱਲੇ ਦੱਬੀਆਂ ਹੋਈਆਂ ਕਈ ਉਹ ਚੀਜ਼ਾਂ ਵੀ ਬਾਹਰ ਆ ਜਾਂਦੀਆਂ ਜਿਨ੍ਹਾਂ ਦੀ ਯਾਦ ਭੂਤਕਾਲ ਦੇ ਸੰਘਣੇ ਜੰਗਲ ਵਿੱਚ ਦੀ ਗਵਾਚ ਚੁੱਕੀ ਹੁੰਦੀ ਹੈ ਮੋਨ ਦਾ ਵੀ ਇਸ ਵੇਲੇ ਇਹੋ ਹਾਲ ਸੀ ਉਹਦੀਆਂ ਅੱਖਾਂ ਅੱਗੇ ਸਿਨੇਮਾ ਦੀ ਉਪਰੋਕਤ ਨਾਇਕਾ ਫਿਰ ਰਹੀ ਸੀ ਜਿਨੇ ਉਹਦੇ ਭਾਵਾਂ 'ਚ ਅਜਬ ਤਰ੍ਹਾਂ ਦੀ ਉਥਲ-ਪੁਥਲ ਮਚਾਉਂਦੀ ਸੀ ਇਸੇ ਉਥਲ-ਪੁਥਲ ਦੇ ਸਮੇਂ ਉਹਦੇ ਅੰਦਰ ਦੀ ਕਿਸੇ ਹਨੇਰੀ ਨੁਕਰੋਂ ਕੋਈ ਧੁੰਦਲੀ ਜਿਹੀ ਮੂਰਤ ਹੌਲੀ-ਹੌਲੀ ਉਹਦੇ ਸਾਹਮਣੇ ਆਉਣ ਲੱਗੀ ਇਹਦੀ ਹੋਂਦ ਨੇ ਅੰਤ ਉਪਰੋਕਤ ਸਿਨੇਮਾ ਨਾਇਕਾ ਨੂੰ ਲੋਭ ਕਰ ਦਿੱਤਾ ਉਹਦੀ ਸਾਰੀ ਥਾਂ ਆਪ ਮੰਨ ਲਈ ਮੋਹਨ ਇਸ ਵੇਲੇ ਲਾਹੌਰ ਦੇ ਬਾਜ਼ਾਰਾਂ 'ਚ ਨਹੀਂ ਸੀ ਫਿਰ ਰਿਹਾ ਸੁਗਵਟਾਲੇ ਦੀਆਂ ਗਲੀਆਂ 'ਚ ਤੇ ਇਕੱਲਾ ਨਹੀਂ ਸਗੋਂ ਦੁਕੱਲਾ ਉਹ ਆਪਣੇ ਆਪ ਨੂੰ ਬਹੁਤ ਛੋਟੇ ਜਿਹੇ ਰੂਪ ਵਿੱਚ ਆਪਣੀ ਇੱਕ ਸਹੇਲੀ ਸਣੇ ਮਿੱਟੀ ਦੀਆਂ ਬਾਜ਼ੀਆਂ ਨਾਲ ਖੇਡਦਾ ਦੇਖ ਰਿਹਾ ਸੀ ਉਹ ਸਹੇਲੀ ਜਿਹੜੀ ਉਹਦੇ ਪਿਆਰ ਤੇ ਗੁੱਸੇ ਦਾ ਸਭ ਤੋਂ ਵੱਡਾ ਨਿਸ਼ਾਨਾ ਸੀ ਇਸ ਤੋਂ ਬਾਅਦ ਬਾਲ ਜੀਵਨ ਦਾ ਲਾਪਰਵਾਹ ਪ੍ਰੇਮ ਕਿੰਨਾ-ਕਿੰਨਾ ਘਾਟੀਆਂ ਚੋਦੀ ਲੰਘਿਆ ਇਹ ਸਭ ਕੁਝ ਇੱਕ ਨਵੀਂ ਫਿਲਮ ਦੇ ਰੂਪ ਵਿੱਚ ਉਹਦੀਆਂ ਅੱਖਾਂ ਅੱਖਾਂ ਅੱਗੇ ਫਿਰਨ ਲੱਗਾ ਬਾਜ਼ਾਰਾਂ ਦੇ ਉਹ ਜਿੰਨੇ ਮੋੜ ਮੁੜਿਆ ਸ਼ਾਇਦ ਉਹਨਾਂ ਤੋਂ ਕਈ ਗੁਣਾ ਵਧੇਰੇ ਮੋੜ ਉਹ ਦੇਖਿਆ ਲਾਂ ਨੂੰ ਮੋੜ ਨਹੀਂ ਪਈ ਡੇਰੇ ਪਹੁੰਚ ਕੇ ਉਹਨੇ ਕੋਠੜੀ ਦਾ ਬੂਹਾ ਖੋਲਿਆ ਅੰਦਰ ਵੜਦਿਆਂ ਉਹਦੀ ਨਜ਼ਰ ਪੁੰਝੇ ਪਈ ਹੋਈ ਇੱਕ ਲਫਾਫੇ ਤੇ ਪਈ ਜਿਹਨੂੰ ਚਿੱਠੀ ਰਸੈਣ ਚਿੱਠੀ ਥਾਂ ਵਿੱਚ ਅੰਦਰ ਸੁੱਟ ਗਿਆ ਸੀ ਲਫਾਫੇ ਦਾ ਸਿਰਨਾਵਾ ਵੇਖ ਕੇ ਉਹਨੇ ਸ਼ਾਂਤੀ ਦੇ ਦਸਖਤ ਪਛਾਨ ਲਏ ਲਾਡਲੀ ਭੈਣ ਦੇ ਹੱਥਾਂ ਦੀ ਚਿੱਠੀ ਵੇਖ ਕੇ ਉਹਦੇ ਦਿਲ ਨੂੰ ਬੇਹੌੜਾ ਖੁਸ਼ੀ ਹੋਈ ਇਹਦੇ ਨਾਲ ਨਾਲ ਹੀ ਉਹਦੇ ਅੰਦਰ ਇੱਕ ਧੂਜ ਹੀ ਪੈਣ ਲੱਗੀ ਇਹ ਸੀ ਸ਼ਾਂਤੀ ਦੀ ਕਿਸੇ ਸਹੇਲੀ ਦਾ ਖਿਆਲ ਉਹਨੇ ਕਾਲੀ ਕਾਲੀ ਚਿੱਠੀ ਖੋਲੀ ਪੜ੍ਹਨੀ ਸ਼ੁਰੂ ਕੀਤੀ ਪਰ ਉਹਦੀ ਨਜ਼ਰ ਉਸ ਵਿੱਚੋਂ ਕੋਈ ਹੋਰ ਹੀ ਚੀਜ਼ ਢੂੰਡਦੀ ਹੋਈ ਸਾਰੀ ਚਿੱਠੀ ਨੂੰ ਟੱਪ ਕੇ ਉਹਦੇ ਛੇਕੜਲੇ ਸਿਰੇ ਤੀ ਪਹੁੰਚਣਾ ਚਾਹੁੰਦੀ ਸੀ ਉਹ ਇੱਕ ਵਾਰੀ ਅੱਧੀ ਕੋ ਚਿੱਠੀ ਪੜ ਗਿਆ ਪਰ ਇਹਦੇ ਮਤਲਬ ਦੇ ਉਹਨੂੰ ਬਹੁਤੀ ਬਹੁਤ ਘੱਟ ਸਮਝ ਆਈ ਹਾਰ ਕੇ ਉਹਨੇ ਮੁੜ ਨਵੇਂ ਸਿਰੇ ਪੜਨੀ ਸ਼ੁਰੂ ਕੀਤੀ ਪੜਦਾ ਪੜਦਾ ਇੱਕ ਅਜੇ ਹੀ ਥਾਂ ਜਾ ਕੇ ਰੁਕਿਆ ਜਿੱਥੇ ਰੁਕਣ ਦਾ ਉਹਨੂੰ ਚਿਤ ਚੇਤਾ ਵੀ ਨਹੀਂ ਸੀ ਕਰਜ਼ੇ ਵਾਲਾ ਬਹੁਤ ਤੰਗ ਕਰ ਰਿਹਾ ਜੇ ਛੇਤੀ ਨਾ ਹੋਗੇ ਤਾਂ ਦਾਵਾ ਹੋ ਜਾਏਗਾ ਇਸ ਚਿੰਤਾ ਨੇ ਮੋਹਨ ਦੇ ਸੋਤਰ ਸੁਕਾ ਦਿੱਤੇ ਉਹਦੇ ਹਿਰਦੇ 'ਚ ਉਠ ਰਹੀਆਂ ਮੰਗਾਂ ਦੇ ਤਰੰਗ ਇੱਕ ਇੱਕ ਕਰਕੇ ਸਾਰੀਆਂ ਇਸ ਚਿੰਤਾ 'ਚ ਡੁੱਬ ਗਈਆਂ ਬਾਕੀ ਦਾ ਖੱਤ ਪੜਨਾ ਉਹਨੇ ਵਿੱਚ ਹੀ ਛੱਡ ਦਿੱਤਾ ਪਰ ਇਸ ਫਿਕਰ ਵਿੱਚ ਉਹਨੂੰ ਬਹੁਤਾ ਚਿਰ ਨਾ ਰਹਿਣਾ ਪਿਆ ਉਹਨੂੰ ਖਿਆਲ ਆ ਗਿਆ ਕਿ ਉਹ ਆਪਣੇ ਮਾਲਕ ਦਾ ਕੰਮ ਕਿਸ ਤਰ੍ਹਾਂ ਜਾਣ ਭੁੱਲ ਕੇ ਕਰ ਰਿਹਾ ਹੈ ਤੇ ਅਖਬਾਰ ਦੀ ਦਿਨੋ ਦਿਨ ਤਰੱਕੀ ਹੋ ਰਹੀ ਹੈ ਕਿ ਇਸ ਸੂਰਤ ਵਿੱਚ ਉਹ ਮੇਰੀ ਕੁਝ ਵੀ ਮਦਦ ਨਾ ਕਰੇਗਾ ਦਿਲ ਦਾ ਭਾਰ ਜਦ ਰਤਾ ਹੌਲਾ ਹੋਇਆ ਤੇ ਚਿੱਠੀ ਦਾ ਅਗਲਾ ਮਜ਼ਮੂਨ ਪੜਨਾ ਸ਼ੁਰੂ ਕੀਤਾ ਫਿਰ ਉਹੀ ਅਣਖਿਆਲੀ ਤਰੰਗਾ ਅਧ ਸੋਚੇ ਫੁਰਨੇ ਹੰਤੋਂ ਸਾਰੀ ਚਿੱਠੀ ਮੁਕਾ ਕੇ ਉਦੀ ਤੋਰ ਥਲਵੀ ਸਤਰ ਤੇ ਪੁੱਜਾ ਇੱਥੋਂ ਹੀ ਉਹਨੂੰ ਕੁਝ ਲੱਭਣ ਜਾਂ ਨਾ ਲੱਭਣ ਦੀ ਆਸ ਸੀ ਇੱਥੇ ਪਹੁੰਚ ਕੇ ਉਹਦੀ ਨਜ਼ਰ ਇੱਕ ਵਾਰ ਫੇਰ ਰੁਕ ਗਈ ਤੇ ਐਸੀ ਰੁਕੀ ਕਿ ਉਹਨੂੰ ਇਹੋ ਜਾਪਣ ਲੱਗਾ ਜੋ ਚਿੱਠੀ ਦਾ ਸਾਰਾ ਮضمون ਕੇਵਲ ਇਸ ਇੱਕੋ ਵਾਕ ਤੇ ਬੰਦ ਹੈ ਇਹ ਵਾਕ ਸੀ ਸਰਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੌਲੀ ਹੌਲੀ ਇਹ ਵਾਕ ਵੀ ਘਟਦਾ ਘਟਦਾ ਉਹਦੇ ਸਾਹਮਣੇ ਸਿਰਫ ਇੰਨਾ ਹੀ ਰਹਿ ਗਿਆ ਪਿਆਰ ਭਰੀ ਇਹ ਦੋ ਸ਼ਬਦ ਦੇ ਵਾਕ ਵਿੱਚ ਪਤਾ ਨਹੀਂ ਕੀ ਭੇਤ ਸੀ ਜੋ ਇਹਦੇ ਪਰਦੇ ਪਿੱਛੇ ਉਹਨੂੰ ਬਹੁਤ ਕੁਝ ਦਿਸਣ ਲੱਗਾ। ਵਰਤਮਾਨ ਨੂੰ ਛੱਡ ਕੇ ਉਹਦੇ ਜੀਵਨ ਦਾ ਸਾਰਾ ਭੂਤ ਤੇ ਸਾਰਾ ਭਵਿੱਖ ਉਹਦੀਆਂ ਅੱਖਾਂ ਅੱਗੇ ਫੇਰਨ ਲੱਗਾ ਤੇ ਉਹਦੇ ਦਿਲ ਸਮੁੰਦਰ ਤੋਂ ਲਹਿਰਾਂ ਉੱਠ ਉੱਠ ਕੇ ਇੱਕ ਨਿੱਕੇ ਜਿਹੇ ਵਾਕ ਨਾਲ ਟਕਰਾਉਣ ਲੱਗੀਆਂ। ਇਹ ਲਹਿਰਾਂ ਕਦੇ ਤਾਂ ਉਹਨੂੰ ਸਮੁੱਚੇ ਨੂੰ ਹੀ ਆਪਣੇ ਆਪ ਚ ਲੀਨ ਕਰ ਲੈਂਦੀਆਂ ਤੇ ਕਦੇ ਉਛਾਲ ਕੇ ਆਕਾਸ਼ 'ਚ ਸੁੱਟ ਦਿੰਦੀਆਂ ਸਨ। ਅਖੀਰ ਚਿੱਠੀ ਉਹਨੇ ਤੈਅ ਕਰਕੇ ਲਿਫਾਫੇ 'ਚ ਪਾਈ ਤੇ ਲਿਫਾਫਾ ਖਿਸੇ ਵਿੱਚ ਫਿਰ ਕਲਮ ਤੋਬਾਤ ਕੱਢ ਕੇ ਉਹਦਾ ਉੱਤਰ ਲਿਖਣ ਲੱਗਾ ਸ਼ਾਂਤੀ ਦੀਆਂ ਘਰੋਗੀ ਗੱਲਾਂ ਦਾ ਜਵਾਬ ਮੰਗ ਕੱਲੀਆਂ ਪੁਸਤਕਾਂ ਦੀ ਪਰਵਾਨਗੀ ਤੇ ਛੇਤੀ ਘਰ ਆਉਣ ਦਾ ਭਰੋਸਾ ਦੇਣ ਤੋਂ ਬਾਅਦ ਚਿੱਠੀ ਦੇ ਛੇਕਣ ਲਈ ਹਿੱਸੇ ਤੇ ਪੁਜਾ ਇਹ ਛੇਕਣ ਲਈ ਸਤਰ ਲਿਖਣ ਲਈ ਉਹਨੇ ਕਲਮ ਤੋਰੀ ਤੇ ਅੰਤ ਧੜਕਦੇ ਦਿਲ ਦੇ ਕੰਬਦੇ ਹੱਥ ਨਾਲ ਉਹਨੇ ਲਿਖੀ ਦਿੱਤਾ ਸਰਲਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਵੇਂ ਅੱਖਰ ਕੋਈ ਬਹੁਤੇ ਨਹੀਂ ਸਨ ਪਰ ਇਹਨਾਂ ਦੇ ਲਿਖਣ ਚ ਉਹਨੂੰ ਚਿੱਠੀ ਤੋਂ ਵਧੇਰੇ ਵਕਤ ਲਾਉਣਾ ਪਿਆ ਲਿਖਣ ਤੋਂ ਬਾਅਦ ਉਹ ਫੇਰ ਸੋਚੀ ਪੈ ਗਿਆ ਤੇ ਅੰਤ ਪਿਆਰ ਭਰੀ ਉੱਤੇ ਉਹਨੂੰ ਖਿਆਲ ਆਇਆ ਕਿ ਇਸ ਤਰ੍ਹਾਂ ਕਰਕੇ ਤਾਂ ਸਗੋਂ ਕਿਸੇ ਦੀ ਨਜ਼ਰ 'ਚ ਡਬਲ ਮੁਜਰਮ ਬਣ ਗਿਆ ਹੈ। ਉਹਨੇ ਗਲਤ ਕੀਤੇ ਹੋਏ ਅੱਖਰਾਂ ਉੱਤੇ ਇੰਨੀਆਂ ਲੀਕਾਂ ਪਾਤੀਆਂ ਕਿ ਹੁਣ ਉੱਤੇ ਸ਼ਾਈ ਦੇ ਦਾਗ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਸੀ ਆਉਂਦਾ। ਫੇਰ ਵੀ ਉਹਨਾਂ ਉਸ ਨੂੰ ਇਸ ਵਿੱਚੋਂ ਆਪਣਾ ਜਰਮ ਚਮਕਦਾ ਵਿਖਾਈ ਦੇ ਰਿਹਾ ਸੀ। ਉਹਨੇ ਚਿੱਠੀ ਪਾੜ ਸੁੱਟੀ ਤੇ ਦੁਬਾਰਾ ਲਿਖਣ ਬੈਠ ਗਿਆ। ਕਿ ਹਾਂ ਨਹੀਂ ਜਾ ਸਕਦਾ ਕਿ ਉਹਨੇ ਕਿੰਨੇ ਕਾਗਜ਼ ਰੱਦੀ ਕੀਤੇ ਤਨ